ਬੜੀ ਮਾੜੀ ਗੱਲ ਹੋਈ ਆ, ਨਨਕਾਣਾ ਸਾਹਿਬ ਪਥਰਾਅ ਹੋਇਆ, ਉੱਥੇ ਇੱਕ ਸਿੱਖ ਦਾ ਕਤਲ ਵੀ ਹੋਇਆ ਪਰਸੋਂ। ਬਹੁਤ ਮੰਦਭਾਗੀਆਂ ਘਟਨਾਵਾਂ ਨੇ, ਉਹ ਪਾਕਿਸਤਾਨ ਸਰਕਾਰ ਇਹਨਾਂ ਘਟਨਾਵਾਂ ਦੇ ਜ਼ਿੰਮੇਵਾਰਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਆ ਉਹ ਦੇਵੇ। ਅਸੀਂ ਉੱਥੇ ਜਾਵਾਂਗੇ ਜੀ, ਪਾਕਿਸਤਾਨ ਨਾਲ ਗੱਲਬਾਤ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ, ਉਹ ਟੀਮ ਭੇਜ ਰਹੀ ਹੈ, ਫਿਰ ਉਹ ਆ ਕੇ ਦੱਸੇਗੀ, ਉਸ ਤੋਂ ਬਾਅਦ ਫਿਰ ਅਗਲਾ ਕਦਮ ਚੁੱਕਿਆ ਜਾਏ। ਬਾਈ ਜੀ, ਉੜੀਸਾ 'ਚ ਮੰਗੂ ਮੱਠ 'ਚ ਕੀ ਕਰ ਰਹੇ? ਉਹਦੇ ਕਮੇਟੀਆਂ ਬਣ ਰਹੀਆਂ, ਬਣੀਆਂ ਹੋਈਆਂ ਨੇ, ਉਹ ਕਰਨਗੀਆਂ ਫੈਸਲਾ ਜੀ। ਮਿਹਰਬਾਨੀ, ਠੀਕ ਹੈ ਜੀ। ਖਾਲਸਾ ਜੀ, ਖਾਲਸਾ।